2019 तो जिहड़ा मानसिक परेशानी दे विच सी, इह किद्दां होई सारी वार्ता? इह देखो जी, इह साडा इलैक्शन होया सी, इलैक्शन तो असीं जित गए, उह दूए पासे वाले हार गए। उह हारन दे नाल उहनां नूं इन्ना दुख लगा, उन्हें फेक आई डियां बना बना के सानूं गालां कढ़ियां, सारे पिंड शुरू कर दिया। कल्ले कल्ले नूं किसी की माँ नूं, किसी की भैण नूं, किसी की धी नूं, किसी की जनानी नूं इन्नियां गालां कढ़ियां जिहड़ी आपां पढ़ नहीं सकते, देख नहीं सकते। पुलिस वाले ने फड़िया, पुलिस वाले ने कुछ नहीं किया, उहदी सीधी जमानत मुड़ के 15-12 दिन जमानत करा के आ गया। जेल दे विच्चों भी मतलब तुहानूं मैसेज करदा रहा? मैसेज करदा रहा, बिल्कुल करदा रहा सानूं मैसेज। पिंड वासियां नूं किद्दां पता लगा कि इह मुंडा आ जिहड़ा? ते उहदे कागज़ पत्तर अमेरिका भेजे, अमेरिका वाले ने कढ के फिर उहदा नाम दित्ता, ਉਹੀ ਨਿਕਲਿਆ ਮੁੜ ਕੇ। ਫਿਰ ਉਹਦੇ ਪੁਲਿਸ ਵਾਲਿਆਂ ਨੂੰ ਫੜਿਆ, ਅਸੀਂ ਮੌਕੇ 'ਤੇ ਗਏ, ਦੋ ਕੁ ਉਹਦੇ ਥੱਪੜ ਵੀ ਮਾਰੇ, ਉਹ ਫਿਰ ਮੰਨ ਗਿਆ, ਕਹਿੰਦਾ ਜੋ ਕੁਛ ਕੀਤਾ ਮੈਂ ਕੀਤਾ। ਉਹਦੀ 22 ਸਾਲ ਦੀ ਉਮਰ ਵਾ, ਉਹਦੀ ਜਿਹੜੀ 50 ਸਾਲਾਂ ਦੀਆਂ ਗੱਲਾਂ ਕਰਦਾ, ਉਹਦਾ ਬਹਿ ਕਿਉਂ ਨਹੀਂ ਪੁੱਛਦੇ ਉਹਨੂੰ ਵੀ ਇਹ ਬੰਦਾ ਦੱਸ ਕੌਣ, ਤੈਨੂੰ ਕਿੱਥੋਂ ਇਹ ਗੱਲਾਂ ਪਤਾ ਲੱਗਦਾ? ਇਹ ਕਹਿਣ ਦਾ ਭਾਵ ਸਿੱਧਾ ਸਿੱਧਾ ਇਹ ਆ ਕਿ ਉਹਦੇ ਮਗਰ ਕੋਈ ਹੋ ਰਿਹਾ, ਮਗਰ ਕੋਈ ਹੋਰ ਆ ਉਹਦੇ, ਉਹ ਆਪ ਨਹੀਂ ਸਭ ਕੁਛ ਕਰ ਰਿਹਾ, ਉਹ ਤਾਂ ਕਰਾਇਆ ਜਾ ਰਿਹਾ, ਪਰ ਉਹਨੂੰ ਕੋਈ ਪੁੱਛ ਨਹੀਂ ਰਿਹਾ ਹੈਗਾ। ਮਾਸਟਰ ਮਾਈਂਡ ਜਿਹੜਾ ਬੰਦਾ ਆ ਨਾ, ਉਹ ਫੜ ਹੋਣਾ ਚਾਹੀਦਾ, ਮੇਨ ਉਹ ਆ ਸਾਡਾ। ਦੋ ਹਜ਼ਾਰ 2019 ਤੋਂ ਲੈ ਕੇ 2021 ਤੱਕ 2 ਸਾਲ ਦਾ ਸਮਾਂ ਹੋ ਜਾਂਦਾ, ਅਤੇ 2 ਸਾਲ ਲੱਗ ਗਿਆ ਤੁਹਾਨੂੰ ਇਨਸਾਫ ਲੈਣ? 2 ਸਾਲ ਲੱਗ ਗਿਆ ਜੀ। ਉਹਦਾ ਕਾਰਨ ਇਹ ਆ ਵੀ ਇੱਥੋਂ ਨਵੇਂ ਸ਼ਹਿਰੋਂ ਇਹ ਰਿਪੋਰਟ ਜਾਂਦੀ ਸਾਈਬਰ ਕ੍ਰਾਈਮ ਦੇ ਰਾਹੀਂ ਅਮਰੀਕਾ ਦੇ ਵਿੱਚ, ਤਕਰੀਬਨ 8-9 ਮਹੀਨੇ ਲੱਗ ਜਾਂਦੇ ਰਿਪੋਰਟ ਆਉਣ ਨੂੰ। ਜਿਹੜੇ ਇਹੋ ਜਿਹੇ ਸ਼ਰਾਰਤੀ ਬੰਦੇ ਆ, ਉਹਨਾਂ ਦਾ ਮਨੋਬਲ ਬੜਾ ਉੱਚਾ ਹੋ ਜਾਂਦਾ ਵੀ ਅਸੀਂ ਤਾਂ ਫੜੇ ਨਹੀਂ ਹੋਣਾ। ਤੁਹਾਨੂੰ ਵੀ ਫੇਸਬੁੱਕ 'ਤੇ ਗੱਲ ਕੱਢ ਰਿਹਾ? ਮੇਰੀਆਂ ਫੋਟੋ ਲਾ ਕੇ, ਮੇਰਾ ਇੱਕੋ ਹੀ ਬੇਟਾ ਆ, ਉਹਦੀਆਂ ਲਾ ਕੇ ਵੀ ਉਹਨੇ ਗਾਲਾਂ ਕੱਢੀਆਂ। ਇੱਥੋਂ ਤੱਕ ਲਿਖ ਦਿੰਦਾ ਸੀ ਵੀ ਤੇਰਾ ਇੱਕੋ ਹੀ ਮੁੰਡਾ ਆ, ਤੇਰਾ ਚਿਰਾਗ ਮਿਟਾ ਕੇ ਹਟਾਂਗੇ ਅਸੀਂ। ਮੁੰਡਾ ਲਿਖਦਾ ਸੀ ਇੱਦਾਂ, ਉਹਨਾਂ ਦੇ ਪਰਿਵਾਰ ਦੇ ਵਿੱਚ ਧੀਆਂ ਭੈਣਾਂ ਨਹੀਂ ਹੈਗੀਆਂ? ਸੋਚ ਇੰਨੀ ਘਟੀਆ ਹੋ ਗਈ ਆ ਵੀ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਛੱਜ 'ਚ ਪਾ ਕੇ ਛੱਟਿਆ, ਇਹਨਾਂ ਨੂੰ ਪਤਾ ਨਹੀਂ ਕਿਹੜਾ ਨਜ਼ਾਰਾ ਆਉਂਦਾ ਆ। ਪੀਐਸਪੀ ਦਫ਼ਤਰ ਦੇ ਵਿੱਚ ਉਹਨੇ ਮੰਨ ਲਿਆ ਸੀ, ਅਤੇ ਫੜਿਆ ਕਿਉਂ ਨਹੀਂ ਗਿਆ? ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਊਗਾ ਜੀ, ਉਹਨਾਂ ਨੇ ਕਿਉਂ ਨਹੀਂ ਫੜਿਆ। ਸਾਨੂੰ ਤਾਂ ਕਹਿੰਦੇ ਤੁਸੀਂ ਜਾਵੋ ਆਪਣੇ ਘਰ ਨੂੰ, ਅਸੀਂ ਕਾਰਵਾਈ ਜਿਹੜੀ ਆ ਕਰ ਦੇਣੀ ਆ। ਸਾਨੂੰ ਸ਼ਾਮ ਨੂੰ ਪਤਾ ਲੱਗਾ ਵੀ ਉਹ ਵੀ ਛੱਡ ਦਿੱਤਾ। ਤੁਹਾਨੂੰ ਵੀ ਗਾਲਾਂ ਪਈਆਂ? ਹਾਂਜੀ, ਗਾਲਾਂ ਪਈਆਂ ਜੀ, ਬਿਲਕੁਲ ਫੋਟੋ ਲਾ ਕੇ, ਅਤੇ ਬੜੀਆਂ 2 ਸਾਲ ਤੋਂ ਬਹੁਤ ਗਾਲਾਂ ਕੱਢੀਆਂ ਗਈਆਂ, ਅਤੇ ਤਕਰੀਬਨ 25-30 ਘਰਾਂ ਨੂੰ ਪਿੰਡ ਦੇ ਵਿੱਚ ਗਾਲਾਂ ਜਾਂ ਫੋਟੋਆਂ ਲਗਾ ਕੇ ਫੇਕ ਆਈਡੀ ਬਣਾ ਕੇ ਗਾਲਾਂ ਕੱਢ ਰਹੇ ਸੀਗੇ। ਥਾਣੇ ਰਿਪੋਰਟ ਕੀਤੀ ਆ, ਪਿੰਡ ਪੰਚਾਇਤਾਂ ਵੀ ਕੀਤੀਆਂ, ਤਾਂ ਫਿਰ ਪਿੰਡ ਦਾ ਹੀ ਬੰਦਾ ਇੱਕ ਸੀਗਾ ਮੁੰਡਾ, ਉਹ ਫੜ ਹੋਇਆ ਸਾਗਰ, ਅਤੇ ਫਿਰ ਉੱਤੇ ਪਰਚਾ ਹੋਇਆ। ਜਿਹੜੀਆਂ ਗੱਲਾਂ ਨਹੀਂ ਵੀ ਕਹਿਣੀਆਂ ਸੀ ਕਹਿ ਨਹੀਂ ਸਕਦੇ, ਪਰ ਕਰ ਨਹੀਂ ਸਕਦੇ, ਤੁਹਾਨੂੰ ਦਿਖਾਲ ਵੀ ਨਹੀਂ ਸਕਦੇ ਜਿਹੜੀਆਂ ਲਿਖੀਆਂ ਗਈਆਂ ਇੱਦਾਂ ਦੀਆਂ ਗੱਲਾਂ ਜਾਣ ਕੇ। ਅਮੈਰੀਕਾ ਤੋਂ ਫੇਸਬੁੱਕ ਦੀ ਰਿਪੋਰਟ ਆਈ ਆ, ਉਸ ਵੇਲੇ ਫਿਰ ਉਹ ਬੰਦਾ ਅਰੈਸਟ ਹੋ ਗਿਆ। ਅਰੈਸਟ ਹੋਣ ਦੇ ਨਾਲ ਪਿੰਡ ਵਿੱਚ ਧੜੇਬਾਜ਼ੀ ਹੋਣ ਦੇ ਨਾਲ, ਜਿਹੜਾ ਧੜਾ ਪਿਛਲੀਆਂ ਇਲੈਕਸ਼ਨ ਦੇ ਵਿੱਚ ਹਾਰ ਗਿਆ ਸੀ, ਉਹ ਉਸ ਬੰਦੇ ਦੇ ਨਾਲ ਖੜਾ ਹੋ ਗਿਆ। ਉਹ ਜਾਣੀ ਕਿ ਫੇਸਬੁੱਕ ਦੇ ਕਾਗਜ਼ਾਂ ਦੇ ਉੱਪਰ ਵੀ ਲਿਖਦਾ ਸੀ ਵੀ ਮੈਨੂੰ ਕੋਈ ਫੜ ਨਹੀਂ ਸਕਦਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ, ਵੀ ਤੁਸੀਂ 20 ਸਾਲ ਵੀ ਚਾਹੇ 30 ਸਾਲ ਸਾਰੀ ਉਮਰ ਵੀ ਲੱਗੇ ਰਹੋ, ਮੈਨੂੰ ਤੁਸੀਂ ਫੜ ਨਹੀਂ ਸਕਦੇ। ਜੇ 20-20 ਹਜ਼ਾਰ ਦੇ ਮੋਬਾਈਲ ਸੀਗੇ, ਮੋਟਰਸਾਈਕਲ ਸੀ, ਵਿਹਲਾ ਬੰਦਾ, ਉਹ ਕੰਮ ਨਹੀਂ ਸੀ ਕਰਦਾ ਕੋਈ, ਬਣੀ ਤਾਂ ਵਧੀਆ ਕੰਮਾਂ ਨੂੰ ਸੀ, ਲੋਕ ਗਲਤ ਵਰਤੋਂ ਕਰ ਰਹੇ ਇਹਦਾ। ਜਿਹੜੀ ਮੈਂ ਕੰਮ ਗਲਤ ਕੰਮ ਕੀਤਾ, ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ, ਭਾਵੇਂ 1 ਸਾਲ ਮਿਲੇ ਭਾਵੇਂ 2 ਸਾਲ ਮਿਲੇ, ਪਰ ਮੈਂ ਹੁਣ ਜੋ ਬੋਲਦਾ ਮੰਮੀ ਨੂੰ ਸਿੱਧਾ ਫਿਰ ਅੱਗੇ ਬੋਲਦਾ, ਮੇਰੇ ਨਾਲ ਹੋਰ ਕੋਈ ਨਹੀਂ, ਮੈਂ ਇੱਕ ਲੱਕੀ ਸੀਗਾ
ਲੱਕੀ ਦੇ ਪੌਂ ਤੋਂ ਮੈਂ ਮਰ ਗਿਆ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਔਰ ਮੈਂ ਲਾਲ ਕਮਲ ਨਵਾਂਸ਼ਹਿਰ ਇਸ ਟਾਈਮ ਮੌਜੂਦ ਹਾਂ, ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਗੁਜਰਪੁਰ ਵਿਖੇ, ਜਿੱਥੇ ਕਿ ਅੱਧਾ ਪਿੰਡ ਜਿਹੜਾ ਉਹ ਵਿਪਤਾ ਦੇ ਵਿੱਚ ਪਿਆ ਰਿਹਾ, ਅੱਧਾ ਪਿੰਡ ਜਿਹੜਾ ਉਹ ਗਾਲਾਂ ਖਾਂਦਾ ਰਿਹਾ ਕਿਸੇ ਵਿਅਕਤੀ ਵੱਲੋਂ ਫੇਕ ਆਈਡੀਆਂ ਬਣਾ ਕੇ। ਅਜੋਕੇ ਯੁੱਗ ਦੀ ਦਾਸਤਾਂ ਆ, ਅਜੋਕੇ ਸਮੇਂ ਦੀ ਦਾਸਤਾਂ ਆ। ਮੋਬਾਈਲ 'ਤੇ ਫੇਕ ਆਈਡੀਆਂ ਬਣਾਉਣ ਵਾਲਿਆਂ ਲਈ ਇਹ ਜ਼ਰੂਰੀ ਸੂਚਨਾ, ਜ਼ਰੂਰੀ ਇਹ ਖਬਰ ਜਿਹੜੀ ਸਾਡੀ, ਉਹ ਫੇਕ ਆਈਡੀਆਂ ਬਣਾਉਣ ਵਾਲੇ ਜ਼ਰੂਰ ਦੇਖਣ, ਕਿਉਂਕਿ ਫੇਕ ਆਈਡੀ ਬਣਾ ਕੇ ਅੱਧੇ ਪਿੰਡ ਨੂੰ ਗਾਲਾਂ ਕੱਢਣ ਵਾਲਾ ਅੱਜ ਕਿੱਥੇ ਆ, ਉਹ ਅਸੀਂ ਤੁਹਾਨੂੰ ਦਿਖਾਵਾਂਗੇ। ਔਰ ਕੀ ਕੀਤਾ ਉਸ ਇਨਸਾਨ ਨੇ ਫੇਕ ਆਈਡੀਆਂ ਬਣਾ ਕੇ, ਫੇਕ ਆਪਣੀ ਜਿਹੜੀ ਜਾਲੀ ਆਈਡੀਆਂ ਜਿਹੜੀਆਂ ਫੇਸਬੁੱਕ 'ਤੇ ਬਣਾ ਕੇ ਕਿਸ ਤਰ੍ਹਾਂ ਪਿੰਡ ਵਾਸੀਆਂ ਨੂੰ ਜਿਹੜਾ 2019 ਤੋਂ ਜਿਹੜਾ ਉਹ ਦੁਖੀ ਕਰ ਰਿਹਾ ਸੀ, ਔਰ ਅੱਜ ਉਹ ਕਿੱਥੇ ਆ, ਕਿੱਥੇ ਗਾਇਬ ਹੋ ਗਿਆ, ਔਰ ਕੀ ਜਿਹੜੀ ਉਹਨੂੰ ਕਾਨੂੰਨ ਨੇ ਜਿਹੜੀ ਕਾਰਵਾਈ ਕੀਤੀ ਉਹਦੇ ਬਾਰੇ ਅੱਜ ਤੁਹਾਨੂੰ ਦਿਖਾਲਣ ਜਾ ਰਹੇ ਹਾਂ। ਔਰ ਸੁਚੇਤ ਹੋ ਜਾਓ, ਜੇਕਰ ਤੁਸੀਂ ਵੀ ਜਿਹੜੀ ਫੇਸਬੁੱਕ ਆਈ ਡੀ ਚਲਾਉਂਦੇ ਆ ਔਰ ਜਾਲੀ ਆਈ ਡੀ ਚਲਾਉਂਦੇ ਆ, ਤਾਂ ਹੋ ਸਕਦਾ ਤੁਹਾਡੇ ਨਾਲ ਵੀ ਕੁਝ ਅਜਿਹਾ ਹੀ ਹੋਵੇ ਜਿਹੜਾ ਕਿ ਇਸ ਇਨਸਾਨ ਦੇ ਨਾਲ ਹੋਇਆ। ਆਓ ਤੁਹਾਨੂੰ ਮਿਲਾਉਂਦੇ ਪਿੰਡ ਵਾਸੀਆਂ ਨਾਲ ਔਰ ਗੱਲਬਾਤ ਕਰਦੇ ਹਾਂ ਉਹਨਾਂ ਨਾਲ, ਔਰ ਜਾਣਦੇ ਹਾਂ ਕਿ ਕੀ ਕਾਰਨ ਸੀ ਔਰ ਕਿਸ ਤਰ੍ਹਾਂ ਦਾ ਉਹ ਜਿਹੜਾ ਬੰਦਾ, ਜਿਹੜਾ ਬੁੱਧੀ ਦਾ ਮਾਲਕ ਸੀਗਾ, ਜਿਹੜੇ ਬੰਦੇ ਨੇ ਸਾਰੇ ਪਿੰਡ ਨੂੰ ਜਿਹੜਾ ਵਿਵਸਥਾ ਵਿੱਚ ਪਾਈ ਰੱਖਿਆ। ਆਪਾਂ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। ਸਰ ਕੀ ਨਾਮ ਆਪਣਾ ਜੀ? ਮਹਿੰਦਰ ਰਾਮ ਜੀ। ਤੁਸੀਂ ਪਿੰਡ ਗੁਜਰਪੁਰ ਦੇ ਸਰਪੰਚ ਹੋ? ਸਰਪੰਚ ਹਾਂ ਜੀ, ਗੁਜਰਪੁਰ ਕਲਾਂ ਦੇ ਜੀ। ਗੁਜਰਪੁਰ ਕਲਾਂ ਕਲਾਂ? ਹਾਂਜੀ ਹਾਂਜੀ। ਕੀ ਸਰ ਕਿੱਦਾਂ ਇਹ ਸਾਰਾ ਜਿਹੜਾ ਪਿੰਡ ਜਿਹੜਾ ਤੁਹਾਡਾ, ਇਹ ਕਾਫੀ 2019 ਤੋਂ ਜਿਹੜਾ ਮਾਨਸਿਕ ਪਰੇਸ਼ਾਨੀ ਦੇ ਵਿੱਚ ਸੀ, ਇਹ ਕਿੱਦਾਂ ਹੋਈ ਸਾਰੀ ਵਾਰਤਾ? ਇਹ ਦੇਖੋ ਜੀ, ਇਹ ਸਾਡਾ ਇਲੈਕਸ਼ਨ ਹੋਇਆ ਸੀ, ਇਲੈਕਸ਼ਨ ਤੋਂ ਅਸੀਂ ਜਿੱਤ ਗਏ, ਉਹ ਦੂਏ ਪਾਸੇ ਵਾਲੇ ਹਾਰ ਗਏ। ਉਹ ਹਰਨ ਦੇ ਨਾਲ ਉਹਨਾਂ ਨੂੰ ਇੰਨਾ ਦੁੱਖ ਲੱਗਾ, ਉਹਨੀ ਫੇਕ ਆਈਡੀਆਂ ਬਣਾ ਬਣਾ ਕੇ ਸਾਨੂੰ ਗਾਲਾਂ ਕੱਢੀਆਂ, ਸਾਰੇ ਪਿੰਡ ਨੂੰ ਸ਼ੁਰੂ ਕਰਤੀਆਂ। ਅਸੀਂ ਇੱਥੇ ਗੁਰਦੁਆਰਾ ਸਾਡਾ ਨਾਲੇ ਹੀ ਆ, ਇੱਥੇ ਦੀ ਸਾਰਾ ਪਿੰਡ ਇਕੱਠਾ ਕੀਤਾ, ਉਹ ਬੰਦੇ ਵਿੱਚ ਨਹੀਂ ਆਏ। ਅਸੀਂ ਸੱਦਿਆ ਉਹਨਾਂ ਨੂੰ ਵੀ ਤੁਸੀਂ ਵਿੱਚ ਆਓ, ਵੀ ਆ ਕੇ ਆ ਰੌਲਾ ਪੈਂਦਾ, ਇਹਨੂੰ ਨਿਬੇੜੋ। ਉਹ ਵਿੱਚ ਨਹੀਂ ਆਏ ਸਾਡੇ ਵਿੱਚ। ਅਸੀਂ ਹੁਣ ਦੇਖੋ, ਇਕੱਲੇ ਇਕੱਲੇ ਨੂੰ ਕਿਸੇ ਦੀ ਮਾਂ ਨੂੰ, ਕਿਸੇ ਦੀ ਭੈਣ ਨੂੰ, ਕਿਸੇ ਦੀ ਧੀ ਨੂੰ, ਕਿਸੇ ਦੀ ਜਨਾਨੀ ਨੂੰ ਇੰਨੀਆਂ ਗਾਲਾਂ ਕੱਢੀਆਂ ਜਿਹੜੀ ਆਪਾਂ ਪੜ੍ਹ ਨਹੀਂ ਸਕਦੇ, ਦੇਖ ਨਹੀਂ ਸਕਦੇ। ਤੁਸੀਂ ਕੀ ਕਾਰਵਾਈ ਕੀਤੀ, ਤੁਸੀਂ ਕੀ ਐਕਸ਼ਨ ਲਿਆ ਪਿੰਡ ਵੱਲੋਂ? ਪਹਿਲਾਂ ਅਸੀਂ ਇਹਨਾਂ 'ਤੇ ਐਕਸ਼ਨ ਲਿਆ, ਉਹ ਮੁੰਡੇ ਨੂੰ ਫੜਾਇਆ, ਅਮੈਰੀਕਾ ਉਹਨੇ ਭੇਜਿਆ ਉਹਨੂੰ, ਉਹਦੀ ਫੇਸਬੁੱਕ 'ਚੋਂ ਨਾਂ ਉਹਦਾ ਆ ਗਿਆ, ਪੁਲਿਸ ਵਾਲੇ ਨੇ ਫੜਿਆ। ਪੁਲਿਸ ਵਾਲਿਆਂ ਨੇ ਕੁਛ ਨਹੀਂ ਕੀਤਾ, ਉਹਦੀ ਸਿੱਧੀ ਜ਼ਮਾਨਤ ਦੁਆ ਕਰਾ ਕੇ ਅੰਦਰ ਪਰਚਾ ਕਰਕੇ ਜੇਲ੍ਹ ਭੇਜਤਾ। ਮੁੜ ਕੇ 15-12 ਪਹੁੰਚਾਉਂਦੇ ਤਾਂ ਨਹੀਂ, ਉਹ ਜ਼ਮਾਨਤ ਕਰਾ ਕੇ ਆ ਗਿਆ। ਜ਼ਮਾਨਤ ਕਰਾਉਣ ਕੇ ਆਉਣ ਤੋਂ ਬਾਅਦ ਫਿਰ ਉਹਨੂੰ ਉਹੀ ਕੰਮ ਕੀਤਾ? ਫਿਰ ਉਹੀ, ਫਿਰ ਮੁੜ ਕੇ ਉਹੀ ਕੰਮ ਸ਼ੁਰੂ ਕਰ ਲਿਆ। ਜ਼ਮਾਨਤ ਵੇਲੇ ਵੀ ਵਿੱਚ ਉਹ ਪਾਈ ਜਾਂਦਾ ਸੀ, ਉੱਧਰ ਬੈਠਾ ਵੀ ਜਿੱਥੇ ਵੀ ਜੈਸੇਗਾ, ਆ ਕੇ 10-15 ਰਿਸ਼ਤੇਦਾਰਾਂ ਰਿਹਾ, ਰਿਸ਼ਤੇਦਾਰਾਂ ਦਾ ਵੀ ਸਾਰਿਆਂ ਨੂੰ ਗਾਲਾਂ ਕੱਢੀ ਗਿਆ, ਉਹ ਕੱਢ ਕੱਢ ਕੇ ਗਾਲਾਂ, ਬਸ ਉਹ ਦੱਸੀ ਗਏ ਸਾਰਿਆਂ ਨੂੰ, ਸੁਣੀ ਗਏ ਅਸੀਂ ਸਾਰੇ, ਦੇਖੀ ਗਏ ਵੀ ਉਹ ਕਹਿੰਦਾ ਮੈਨੂੰ ਕੋਈ ਫੜੇ ਹੀ ਨਹੀਂ ਸਕਦਾ ਅੱਜ ਤਾਈਂ। ਜੇਲ੍ਹ ਦੇ ਵਿੱਚੋਂ ਵੀ ਮਤਲਬ ਉਹ ਤੁਹਾਨੂੰ ਮੈਸੇਜ ਕਰਦਾ ਰਿਹਾ? ਮੈਸੇਜ ਕਰਦਾ ਰਿਹਾ, ਬਿਲਕੁਲ ਕਰਦਾ ਰਿਹਾ ਸਾਨੂੰ ਮੈਸੇਜ। ਹੁਣ ਆਣ ਕੇ ਜੋ ਪਿੰਡ ਵਾਸੀਆਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਮੁੰਡਾ ਆ ਜਿਹੜਾ? ਦੇਖੋ, ਅਸੀਂ ਦੁਬਾਰਾ ਉਹ 'ਤੇ ਐਕਸ਼ਨ ਕੀਤਾ, ਉਹ ਦੁਬਾਰਾ ਫਿਰ ਅਮੈਰੀਕਾ ਗਈ, ਉਹਦੀ ਫੇਸਬੁੱਕ ਜਿਹੜੀ ਜਿਹੜਾ ਭੇਜਦੇ ਹੋਊਗੇ, ਕਿਉਂ ਸਾਨੂੰ ਤਾਂ ਉਹਦੇ ਬਾਰੇ ਪਤਾ ਨਹੀਂ ਗਾ, ਹੁਣ ਅਸੀਂ ਸਿਆਣੇ ਹੋ ਗਏ, ਅਤੇ ਉਹ ਜਿਹੜੇ ਉਹਦੇ ਕਾਗਜ਼ ਪੱਤਰ ਅਮੈਰੀਕਾ ਭੇਜੇ, ਅਮੈਰੀਕਾ ਵਾਲਿਆਂ ਨੇ ਕੱਢ ਕੇ ਫਿਰ ਉਹਦਾ ਨਾਂ ਦਿੱਤਾ, ਉਹੀ ਨਿਕਲਿਆ ਮੁੜ ਕੇ। ਫਿਰ ਉਹਦੇ ਪੁਲਿਸ ਵਾਲਿਆਂ ਨੂੰ ਫੜਿਆ, ਅਸੀਂ ਮੌਕੇ 'ਤੇ ਗਏ, ਦੋ ਕੁ ਉਹਦੇ ਥੱਪੜ ਵੀ ਮਾਰੇ, ਉਹ ਫਿਰ ਮੰਨ ਗਿਆ, ਕਹਿੰਦਾ ਜੋ ਕੁਛ ਕੀਤਾ ਮੈਂ ਕੀਤਾ। ਹੁਣ ਇਸ ਟਾਈਮ ਕੀ ਹਾਲਾਤ ਆ? ਲੋਕਾਂ ਨੇ ਤਾਂ ਗਾਲਾਂ ਵੀ ਖਾ ਲਈਆਂ, ਔਰ ਇਸ ਟਾਈਮ ਉਹ ਜੇਲ੍ਹ 'ਚ ਆ ਜਾਂ ਮਤਲਬ ਉਹ ਕਿਤੇ ਫਰਾਰ ਆ? ਨਹੀਂ ਦੇਖੋ ਜੀ, ਉਹ ਕੱਲ੍ਹ ਉਹਦੀ ਸੀਗੀ, ਉਹਨੀ ਸੱਦਿਆ ਆ, ਪਤਾ ਨਹੀਂ ਹਜੇ ਆਇਆ ਉਹਨਾਂ ਕੋਲ ਜਾਂ ਨਹੀਂ ਆਇਆ, ਪਰਚਾ ਉਹ 'ਤੇ ਹੋ ਗਿਆ ਆ। ਪਰ ਇਹ ਆ, ਵੱਡੀ ਗੱਲ ਤਾਂ ਇਹ ਆ, ਉਹਦੀ 22 ਸਾਲ ਦੀ ਉਮਰ ਆ, ਉਹਦੀ ਜਿਹੜੀ 50 ਸਾਲਾਂ ਦੀਆਂ ਗੱਲਾਂ ਕਰਦਾ ਪੁੱਛ ਕੇ ਲੋਕਾਂ ਤੋਂ, ਉਹਦਾ ਰੌਲਾ ਤਾਂ ਉਹਦਾ ਆ ਵੀ ਉਹ ਬੰਦਾ ਕਿਉਂ ਨਹੀਂ ਫੜ ਹੋ ਰਿਹਾ, ਉਹਦਾ ਬਹਿ ਕਿਉਂ ਨਹੀਂ ਪੁੱਛਦੇ ਉਹਨੂੰ ਵੀ ਇਹ ਬੰਦਾ ਦੱਸ ਕੌਣ, ਤੈਨੂੰ ਕਿੱਥੋਂ ਇਹ ਗੱਲਾਂ ਪਤਾ ਲੱਗਦਾ? ਕਹਿਣ ਦਾ ਮਤਲਬ ਇਹ ਕਿ 22 ਸਾਲ ਦੀ ਉਹਦੀ ਏਜ ਆ, ਉਹ ਜਿਹੜੀਆਂ ਗੱਲਾਂ ਕਰਦਾ 50 ਸਾਲ ਪਿਛਲੀਆਂ ਕਰਦਾ, ਉਹ 50 ਸਾਲ ਪਿਛਲੀਆਂ ਗੱਲਾਂ ਕਰ ਰਿਹਾ ਆ, ਜੇ ਜੜ ਕੇ ਉਹ ਸਿਆਣਾ ਬੰਦਾ ਉਹਨੂੰ ਦੱਸ ਸਕਦਾ? ਤੁਹਾਡੇ ਕਹਿਣ ਦਾ ਭਾਵ ਸਿੱਧਾ ਸਿੱਧਾ ਇਹ ਆ ਕਿ ਉਹਦੇ ਮਗਰ ਕੋਈ ਹੋ ਰਿਹਾ, ਮਗਰ ਕੋਈ ਹੋਰ ਆ, ਉਹਦੇ ਉਹ ਆਪ ਨਹੀਂ ਸਭ ਕੁਛ ਕਰ ਰਿਹਾ, ਉਹ ਤਾਂ ਕਰਾਇਆ ਜਾ ਰਿਹਾ, ਪਰ ਉਹਨੂੰ ਕੋਈ ਪੁੱਛ ਨਹੀਂ ਰਿਹਾ ਹੈਗਾ। ਉਹਨਾਂ ਜੇ ਇਹ ਉਹਨੂੰ ਜਰਾ ਕੁ ਪੁਲਿਸ ਵਾਲੇ ਪੁੱਛਣਗੇ, ਜੇ ਉਹਨੂੰ ਉੱਥੇ ਲਿਜਾ ਕੇ ਚਾਰ ਲਾਉਣਗੇ, ਉਹਨੂੰ ਸਭ ਕੁਛ ਵਗ ਜਾਣਾ,
ਇਹ ਪੁੱਛਦੇ ਕੁਛ ਨਹੀਂ ਹੈਗੇ ਨਾ ਪੁੱਛਣ ਕਰਕੇ ਮਤਲਬ ਅੱਜ ਜਿਹੜਾ ਆ ਹਾਲੇ ਵੀ ਤੁਹਾਨੂੰ ਇਹ ਡਰ ਕਿਤੇ ਨਾ ਕਿਤੇ ਬਣਿਆ ਕਿਉਂਕਿ ਬਹੁਤ ਡਰ ਵਾ ਹਜੇ ਵੀ ਜੋ ਮਰਜ਼ੀ ਕਰ ਸਕਦਾ ਉਹ ਜਾਂ ਪੁੱਛੇ ਨਹੀਂ ਰਿਹਾ ਜੇ ਜਿਹੜਾ ਅਸਲੀ ਮੇਨ ਬੰਦਾ ਉਹ ਘਰ ਬੈਠਾ ਆਰਾਮ ਨਾਲ ਜਦ ਤੇ ਉਹ ਨਹੀਂ ਫੜ ਹੁੰਦਾ ਜਦ ਤੇ ਇਹਦਾ ਤਾਂ ਫੜਨ ਦਾ ਫਾਇਦਾ ਕੋਈ ਨਹੀਂ ਗਾ ਇਹ ਵੱਧ ਤੋਂ ਵੱਧ ਬੰਦ ਹੋ ਜਾਊਗਾ ਹੋਰ ਤਾਂ ਕੁਛ ਨਹੀਂ ਕਰ ਸਕਦਾ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਤਾਂ ਅਸੀਂ ਇਹੀ ਕਰਦੇ ਵੀ ਜਿਹੜੀ ਉਹਦੀ ਪਿਛਲੀ ਜੜ ਵਾ ਜੜ ਫੜ ਹੋਣੀ ਚਾਹੀਦੀ ਆ ਮਾਸਟਰਮਾਈਂਡ ਹਾਂ ਮਾਸਟਰਮਾਈਂਡ ਜਿਹੜਾ ਬੰਦਾ ਆ ਨਾ ਉਹ ਫੜ ਹੋਣਾ ਚਾਹੀਦਾ ਮੇਨ ਉਹ ਆ ਸਾਡਾ ਮੇਨ ਤੁਹਾਨੂੰ ਵੀ ਉਹਨੇ ਫੇਸਬੁੱਕ ਤੇ ਗਾਲਾਂ ਕੱਢੀਆਂ ਬਿਲਕੁਲ ਕੱਢੀਆਂ ਜੀ ਤੁਹਾਡੀ ਫੋਟੋ ਲਾ ਕੇ ਹਾਂ ਫੋਟੋ ਲਾ ਕੇ ਜੀ ਸਾਡੇ MLA ਨੂੰ ਵੀ ਕਿਹਾ ਵੀ ਤਾਂ ਸਰਪੰਚ ਬਣਾਇਆ ਬਹੁਤ ਗਲਤ ਬਣਾਇਆ ਇਹ ਵੀ ਲਿਖਿਆ ਇਹ ਵੀ ਵਿੱਚ ਲਿਖਿਆ ਉਹਨੇ ਹਾਂਜੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਗੁਰਮੀਤ ਸਿੰਘ ਆ ਪਿੰਡ ਗੁਜਰਪੁਰ ਕਲਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਿੰਡ ਨੂੰ ਵਕਤ ਪਿਆ ਰਿਹਾ ਇੰਨੀ ਦੇਰ 2019 ਤੋਂ ਲੈ ਕੇ 2021 ਤੱਕ ਕਾਫੀ ਲੰਬਾ ਸਮਾਂ ਹੁੰਦਾ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਸਾਰੀ ਗੱਲ ਤਾਂ ਸਰਪੰਚ ਸਾਹਿਬ ਨੇ ਦੱਸਤੀ ਆ ਇਹ ਨੌਜਵਾਨਾਂ ਨੂੰ ਅਸੀਂ ਇਹੀ ਗੱਲ ਕਹਿਣੀ ਚਾਹੁੰਦੇ ਹਾਂ ਵੀ ਜਿਹੜੀਆਂ ਫੇਕ ਆਈਡੀਆਂ ਬਣਾ ਕੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦੇ ਆ ਇੱਦਾਂ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਕਰੂਗਾ ਕਾਨੂੰਨ ਦੇ ਸ਼ਿਕੰਜੇ 'ਚ ਫਸ ਜਾਊਗਾ ਹੁਣ ਇਹ ਮੁੰਡੇ ਨੇ ਵੀ ਆਪਣੀ ਜ਼ਿੰਦਗੀ ਖਰਾਬ ਕੀਤੀ ਆ ਜੋ ਪਤਾ ਲੱਗਾ ਵੀ ਹਜੇ ਤਾਂ ਪੇਸ਼ ਨਹੀਂ ਹੋਇਆ ਵੀ ਪਤਾ ਨਹੀਂ ਕਿੱਧਰ ਭੱਜਾ ਫਿਰਦਾ ਆ ਅਤੇ ਮੈਂ ਸਾਰੇ ਨੌਜਵਾਨਾਂ ਨੂੰ ਇਹੀ ਕਹਿੰਦਾ ਵੀ ਇਹ ਆਪਣੀਆਂ ਫੇਕ ਆਈਡੀਆਂ ਨਾ ਬਣਾਉਣ ਫੇਕ ਆਈਡੀਆਂ ਬਣਾਉਣਗੇ ਅਤੇ ਕਾਨੂੰਨ ਨੇ ਛੱਡਣਾ ਨਹੀਂ ਬੜੀ ਸਖ਼ਤ ਸਜ਼ਾ ਹੈ ਇਹਦੀ ਸਾਰੀ ਉਮਰ ਉਹਨਾਂ ਦੀ ਜ਼ਿੰਦਗੀ ਥਾਣਿਆਂ ਕਚਹਿਰੀਆਂ ਦੇ ਵਿੱਚ ਨੰਘ ਜਾਊਗੀ ਜਿੱਦਾਂ ਦੇਖਿਆ ਜਾਵੇ ਤਾਂ 2019 ਤੋਂ ਲੈ ਕੇ 21 ਤੱਕ 2 ਸਾਲ ਦਾ ਸਮਾਂ ਹੋ ਜਾਂਦਾ ਅਤੇ 2 ਸਾਲ ਲੱਗ ਗਿਆ ਤੁਹਾਨੂੰ ਇਨਸਾਫ਼ ਲੈਣ ਨੂੰ 2 ਸਾਲ ਲੱਗ ਗਿਆ ਜੀ ਉਹਦਾ ਕਾਰਨ ਇਹ ਆ ਵੀ ਇੱਥੋਂ ਨਵੇਂ ਸ਼ਹਿਰੋਂ ਏਅਰਪੋਰਟ ਜਾਂਦੀ ਸਾਈਬਰ ਕ੍ਰਾਈਮ ਦੇ ਰਾਹੀਂ ਅਮਰੀਕਾ ਦੇ ਵਿੱਚ ਫੇਸਬੁੱਕ ਜਿਹੜਾ ਫੇਸਬੁੱਕ ਦਾ ਦਫ਼ਤਰ ਆ ਅਮਰੀਕਾ 'ਚ ਹੋਣ ਕਰਕੇ ਤਕਰੀਬਨ 8-9 ਮਹੀਨੇ ਲੱਗ ਜਾਂਦੇ ਰਿਪੋਰਟ ਆਉਣ ਨੂੰ ਅਤੇ ਇਹ 8-9 ਮਹੀਨਾ ਜਦੋਂ ਲੱਗਦੇ ਆ ਜਿਹੜੇ ਇਹੋ ਜਿਹੇ ਸ਼ਰਾਰਤੀ ਬੰਦੇ ਆ ਉਹਨਾਂ ਦਾ ਮਨੋਬਲ ਬੜਾ ਉੱਚਾ ਹੋ ਜਾਂਦਾ ਵੀ ਅਸੀਂ ਤਾਂ ਫੜੇ ਨਹੀਂ ਹੋਣਾ ਵੀ ਜੇ ਫੜ ਹੁੰਦੇ ਹੋਏ ਤਾਂ ਇੰਨੀ ਛੇਤੀ ਦਾ ਹੀ ਫੜ ਹੋ ਜਾਣਾ ਸੀਗਾ ਜਦੋਂ 8-9 ਮਹੀਨੇ ਲੰਘ ਹੋ ਜਾਂਦੇ ਆ ਤਾਂ ਉਹ ਡਰਦੇ ਨਹੀਂ ਹੈਗੇ ਕਾਰਵਾਈ ਇਹ ਛੇਤੀ ਹੋਣੀ ਚਾਹੀਦੀ ਆ ਤਾਂ ਕਿ ਉਹ ਇੱਕਦਮ ਫੜਿਆ ਜਾਵੇ ਅਤੇ ਉਹਨੂੰ ਡਰ ਪੈਦਾ ਹੋਵੇ ਉਹਨਾਂ ਨੂੰ ਤੁਹਾਨੂੰ ਵੀ ਫੇਸਬੁੱਕ 'ਤੇ ਗਾਲਾਂ ਕੱਢ ਰਹੇ ਹੋ ਮੇਰੀਆਂ ਫੋਟੋ ਲਾ ਕੇ ਮੇਰਾ ਇੱਕੋ ਹੀ ਬੇਟਾ ਆ ਉਹਦੀਆਂ ਲਾ ਕੇ ਵੀ ਉਹਨੇ ਗਾਲਾਂ ਕੱਢੀਆਂ ਇੱਥੋਂ ਤੱਕ ਲਿਖ ਦਿੰਦਾ ਸੀ ਵੀ ਤੇਰਾ ਇੱਕੋ ਹੀ ਮੁੰਡਾ ਆ ਤੇਰਾ ਚਿਰਾਗ ਮਿਟਾ ਕੇ ਹਟਾਂਗੇ ਅਸੀਂ ਕਾਫੀ ਉਹਨਾਂ ਦੇ ਉਹ ਜਿਹੜਾ ਮੁੰਡਾ ਇਹ ਲਿਖਦਾ ਸੀ ਇੱਦਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਧੀਆਂ ਭੈਣਾਂ ਨਹੀਂ ਹੈਗੀਆਂ ਉਹਨਾਂ ਦੇ ਪਰਿਵਾਰ ਦੇ ਵਿੱਚ ਧੀਆਂ ਭੈਣਾਂ ਬਸ ਪਤਾ ਨਹੀਂ ਇਹਨਾਂ ਦਾ ਕੀ ਦਿਮਾਗ ਨੂੰ ਹੋਇਆ ਆ ਸੋਚ ਇੰਨੀ ਘਟੀਆ ਹੋ ਗਈ ਆ ਵੀ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਛੱਜ 'ਚ ਪਾ ਕੇ ਛੱਟਿਆ ਇਹਨਾਂ ਨੂੰ ਪਤਾ ਨਹੀਂ ਕਿਹੜਾ ਨਜ਼ਾਰਾ ਆਉਂਦਾ ਆ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਤੁਸੀਂ ਉੱਦਣ ਗਏ DSP ਸਾਹਿਬ ਨੇ ਉੱਥੇ ਉਹਨਾਂ ਦੇ ਕੋਲ ਮੰਨਿਆ ਵੀ ਅਤੇ ਤੁਸੀਂ ਕਹਿੰਦੇ ਕਿ ਬਗੈਰ ਕਿਸੇ ਦੀ ਵੀ ਉਹਨਾਂ ਨੇ ਜ਼ਿੰਮੇਵਾਰੀ ਲੈ ਉਹਨੂੰ ਛੱਡ ਦਿੱਤਾ ਕੁਛ ਇੱਦਾਂ ਦਾ ਹੋਇਆ ਇੱਦਾਂ ਦਾ ਅਸੀਂ ਇਹੀ ਹੋਇਆ ਵੀ ਜੇ ਉਹਨੂੰ ਉੱਦਣੇ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਅਤੇ ਉਹ ਅੱਜ ਭੱਜਦਾ ਨਾ ਸਾਨੂੰ ਤਾਂ ਇਹੀ ਪਤਾ ਲੱਗਾ ਵੀ ਉਹ ਪੇਸ਼ ਨਹੀਂ ਹੋਇਆ ਭੱਜ ਗਿਆ ਕਿਤੇ ਸੱਜੇ ਖੱਬੇ ਜਦੋਂ DSP ਦਫ਼ਤਰ ਦੇ ਵਿੱਚ ਉਹਨੇ ਮੰਨ ਲਿਆ ਸੀ ਅਤੇ ਫੜਿਆ ਕਿਉਂ ਨਹੀਂ ਗਿਆ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਊਗਾ ਜੀ ਉਹਨਾਂ ਨੇ ਕਿਉਂ ਨਹੀਂ ਫੜਿਆ ਸਾਨੂੰ ਤਾਂ ਕਹਿੰਦੇ ਤੁਸੀਂ ਜਾਵੋ ਆਪਣੇ ਘਰ ਨੂੰ ਅਸੀਂ ਕਾਰਵਾਈ ਜਿਹੜੀ ਆ ਕਰ ਦੇਣੀ ਆ ਸਾਨੂੰ ਸ਼ਾਮ ਨੂੰ ਪਤਾ ਲੱਗਾ ਵੀ ਉਹ ਵੀ ਛੱਡ ਦਿੱਤਾ ਸ਼ਾਮ ਨੂੰ ਛੱਡ ਦਿੱਤਾ ਗਿਆ ਹਾਂਜੀ ਕੁਲਵੀਰ ਰਾਮ ਜੀ ਕੀ ਹੋਇਆ ਤੁਹਾਨੂੰ ਵੀ ਗਾਲਾਂ ਪਈਆਂ ਹਾਂਜੀ ਗਾਲਾਂ ਪਈਆਂ ਜੀ ਬਿਲਕੁਲ ਫੋਟੋ ਲਾ ਕੇ ਅਤੇ ਬੜੀਆਂ 2 ਸਾਲ ਤੋਂ ਬਹੁਤ ਗਾਲਾਂ ਕੱਢੀਆਂ ਗਈਆਂ ਨਹੀਂ ਤੁਸੀਂ ਫਿਰ ਇੱਦਾਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ 2 ਸਾਲ ਨਹੀਂ ਅਸੀਂ ਕਾਰਵਾਈ ਕੀਤੀ ਹੈ ਜੀ ਪੂਰੀ ਨੱਠ ਭੱਜ ਕੀਤੀ ਆ ਅਤੇ ਤਕਰੀਬਨ 25-30 ਘਰਾਂ ਨੂੰ ਪਿੰਡ ਦੇ ਵਿੱਚ ਗਾਲਾਂ ਜਾਂ ਫੋਟੋਆਂ ਲਗਾ ਕੇ ਫੇਕ ID ਬਣਾ ਕੇ ਗਾਲਾਂ ਕੱਢ ਰਹੇ ਸੀਗੇ ਥਾਣੇ ਰਿਪੋਰਟ ਕੀਤੀ ਆ ਪਿੰਡ ਪੰਚਾਇਤਾਂ ਵੀ ਕੀਤੀਆਂ ਤਾਂ ਫਿਰ ਪਿੰਡ ਦਾ ਹੀ ਬੰਦਾ ਇੱਕ ਸੀਗਾ ਮੁੰਡਾ ਉਹ ਫੜ ਹੋਇਆ ਸਾਗਰ ਅਤੇ ਫਿਰ ਉੱਤੇ ਪਰਚਾ ਹੋਇਆ ਜੇਲ੍ਹ ਕੱਟੀ ਉਹਨੇ ਜੇਲ੍ਹ ਕੱਟ ਕੇ ਆ ਕੇ ਦੁਬਾਰਾ ਫਿਰ ਉਹ ਉਹਨੇ 15-20 ਦਿਨਾਂ ਬਾਅਦ ਇਹੀ ਕੰਮ ਫਿਰ ਦੁਬਾਰਾ ਚਾਲੂ ਕਰ ਦਿੱਤਾ ਫਿਰ ਉਹ ਆਈਡੀਆਂ ਬਣਾ ਕੇ ਜਾਣੀ ਕਿ ਫਿਰ ਤਾਂ ਜਿੱਦਾਂ ਕਹਿ ਲਓ ਉਹਨੇ ਜਿਹੜੀਆਂ ਗੱਲਾਂ ਨਹੀਂ ਵੀ ਕਹਿਣੀਆਂ ਸੀ ਕਹਿ ਨਹੀਂ ਸਕਦੇ ਪਰ ਕਰ ਨਹੀਂ ਸਕਦੇ ਤੁਹਾਨੂੰ ਦਿਖਾਲ ਵੀ ਨਹੀਂ ਸਕਦੇ ਜਿਹੜੀਆਂ ਲਿਖੀਆਂ ਗਈਆਂ ਇੱਦਾਂ ਦੀਆਂ ਗੱਲਾਂ ਜਾਣੀ ਕਿ ਸਾਨੂੰ ਵੱਧ ਘੱਟ ਬੋਲਿਆ ਗਿਆ ਅੱਧਾ ਪਿੰਡ ਗਾਲਾ ਖਾਂਦਾ ਰਿਹਾ ਇੱਕ ਪਿੰਡ ਤੋਂ ਇਹ ਮਤਲਬ ਤੁਸੀਂ ਇੰਨੀ ਦੇਰ ਬਾਅਦ ਕਿਉਂ ਜਾਗੇ ਸਾਨੂੰ ਬੰਦੇ ਦਾ ਮਤਲਬ ਕਿ ਪੂਰਾ ਪੱਕਾ ਨਹੀਂ ਸੀ ਪਤਾ ਲੱਗ ਰਿਹਾ ਜੀ ਬੰਦਾ ਕੌਣ ਆ ਫਿਰ ਜਦੋਂ ਅਮਰੀਕਾ ਤੋਂ ਫੇਸਬੁੱਕ ਦੀ ਰਿਪੋਰਟ ਆਈ ਆ ਉਸ ਵੇਲੇ ਫਿਰ ਉਹ ਬੰਦਾ ਅਰੈਸਟ ਹੋ ਗਿਆ ਅਰੈਸਟ ਹੋਣ ਦੇ ਨਾਲ ਪਿੰਡ ਵਿੱਚ ਧੜੇਬਾਜ਼ੀ ਹੋਣ ਦੇ ਨਾਲ ਜਿਹੜਾ ਧੜਾ ਪਿਛਲੀਆਂ ਇਲੈਕਸ਼ਨ ਦੇ ਵਿੱਚ ਹਾਰ ਗਿਆ ਸੀ ਉਹ ਉਸ ਬੰਦੇ ਦੇ ਨਾਲ ਖੜਾ ਹੋ ਗਿਆ ਉਹ ਖੜ ਗਿਆ ਜੀ ਨਹੀਂ ਪੈਸੇ ਦੇ ਕੇ ਐਂ ਕਰਾ ਲੈ ਇਹਦਾ ਬੰਦਾ ਇੱਦਾਂ ਦਾ ਹੈ ਨਹੀਂ ਇਹ ਤਾਂ ਨਿਆਣਾ ਆ ਇਹ ਛੋਟਾ ਆ ਇਹਨੂੰ ਕੀ ਪਤਾ ਹਾਲਾਂਕਿ ਜਾਣੀ ਕਿ ਉਹ ਬੰਦਾ ਇੱਦਾਂ ਦੀਆਂ ਗੱਲਾਂ ਜਿਹੜੀਆਂ ਲਿਖੀਆਂ ਉਹਨੇ ਉਹ ਸਾਰੇ ਬਾਰੇ ਤਕਰੀਬਨ ਉਹ ਸਭ ਗੱਲਾਂ ਵੀ ਸਹੀ ਆ ਜਿੱਦਾਂ ਕੋਈ ਉਹਨੂੰ ਚੰਗਾ ਸਿਆਣਾ ਬੰਦਾ ਕੋਈ ਬੈਠ ਕੇ ਦੱਸ ਰਿਹਾ ਵੀ ਤੂੰ ਐਂ ਲਿਖ
ਤੇ ਉਹਦੇ ਬਾਅਦ 'ਚ ਇਨਕੁਆਇਰੀ ਪੂਰੀ ਹੋਈ ਆ ਜੀ, ਫਿਰ ਉਹਦਾ ਨਾਂ ਸਾਹਮਣੇ ਆਇਆ, ਫਿਰ ਉੱਤੇ ਕਾਰਵਾਈ ਹੋਈ, ਉਹਨੂੰ ਫਿਰ ਕੋਈ ਡਰ ਨਹੀਂ। ਉਹ ਜਾਣੀ ਕਿ ਫੇਸਬੁੱਕ ਦੇ ਕਾਗਜ਼ਾਂ ਦੇ ਉੱਪਰ ਵੀ ਲਿਖਦਾ ਸੀ ਵੀ ਮੈਨੂੰ ਕੋਈ ਫੜ ਨਹੀਂ ਸਕਦਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ, ਵੀ ਤੁਸੀਂ 20 ਸਾਲ ਵੀ ਚਾਹੇ 30 ਸਾਲ ਸਾਰੀ ਉਮਰ ਵੀ ਲੱਗੇ ਰਹੋ, ਮੈਨੂੰ ਤੁਸੀਂ ਫੜ ਨਹੀਂ ਸਕਦੇ ਹੈਗੇ। ਬੇਖੌਫ ਸੀ ਬੇਖੌਫ ਸੀਗਾ, ਉਹਨੂੰ ਆਪਣੇ ਆਪ 'ਤੇ ਘਮੰਡ ਸੀਗਾ ਵੀ ਮੈਂ ਚਲਾ ਰਿਹਾ ਹਾਂ, ਵੀ ਮੈਨੂੰ ਮਤਲਬ ਕੋਈ ਮੇਰਾ ਕੋਈ ਵਿਗਾੜ ਨਹੀਂ ਸਕਦਾ ਹੈਗਾ। ਨਹੀਂ ਹੋਇਆ ਤਾਂ ਫਿਰ ਇੱਦਾਂ ਹੀ, ਫਿਰ ਹਾਲੇ ਵੀ ਉਹ ਫੜ ਨਹੀਂ ਹੋਇਆ, ਉਹ ਕਿਤੇ ਨਾ ਕਿਤੇ ਸੱਚਾ ਉਹ ਜੀ ਇੱਦਾਂ ਦੇਖੋ, ਹੁਣ ਉਹ ਘਰੋਂ ਭੱਜਿਆ ਆ ਅਤੇ ਮਤਲਬ ਉੱਤੇ ਪਰਚਾ ਫੀਸ ਦੁਬਾਰਾ ਹੋ ਗਿਆ ਆ, ਉਹਦੀ ਪੇਸ਼ੀ ਸੀਗੀ, ਉਹ ਪੇਸ਼ ਹੋਇਆ ਕਿ ਨਹੀਂ ਹੋਇਆ ਇਸ ਗੱਲ ਦਾ ਨਹੀਂ ਹਜੇ ਤੱਕ ਪਤਾ ਨਹੀਂ ਹੈਗਾ। ਅਤੇ ਬਾਕੀ ਇਹ ਆ, ਜੇ ਉਹ ਨਹੀਂ ਫੜ ਹੁੰਦਾ ਚਲੋ ਕਿਤੇ ਨਾ ਕਿਤੇ ਤਾਂ ਉਹਨੂੰ ਪ੍ਰਸ਼ਾਸਨ ਅੜਕੇ 'ਚ ਲਊਂਗਾ ਹੀ ਆਪਣੇ, ਪਰ ਇਹ ਆ ਜੀ ਇਹ ਜਿਹੜਾ ਮਤਲਬ ਮਾੜਾ ਕੰਮ ਹੋਇਆ ਸਾਡੇ ਪਿੰਡ ਦੇ ਵਿੱਚ, ਬਹੁਤ 2 ਸਾਲ ਤੋਂ ਬਹੁਤ ਪਰੇਸ਼ਾਨੀ ਦੇ ਵਿੱਚ ਸੀ ਸਾਰਾ ਪਿੰਡ। ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਭਾਅ ਜੀ, ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਆ, ਪਰ ਜੇ ਜਿੱਤਾਂ ਹਾਰਾਂ ਦੇ ਵਿੱਚ ਲੈ ਕੇ ਤੁਸੀਂ ਪਿੰਡ ਨੂੰ ਗਲਾਂ ਬਾਤਾਂ ਗਲਾਂ ਕੱਢਦੇ ਹੋ ਤਾਂ ਇਹ ਕਿੰਨਾ ਕੁ ਵਧੀਆ ਕੰਮ ਹੈ। ਬਹੁਤ ਮਾੜੀ ਗੱਲ ਆ ਜੀ, ਜਿੱਤ ਹਾਰ ਹੁੰਦੀ ਆ, ਪਹਿਲਾਂ ਤੋਂ ਜਿੱਤ ਹਾਰ ਹੁੰਦੀ ਆਈ ਆ, ਪਰ ਇਸ ਗਈ ਜਿਹੜਾ ਕੰਮ ਆ, ਕਦੇ ਵੀ ਕਿਤੇ ਵੀ ਅਸੀਂ ਨਵੇਂ ਸ਼ਹਿਰ ਕੀ ਆਲੇ ਦੁਆਲੇ ਵੀ ਕਿਤੇ ਗੱਲ ਸੁਣੀ ਨਹੀਂ ਸੀ ਵੀ ਕਿਸੇ ਪਿੰਡ ਦੇ ਵਿੱਚ ਆਹ ਕੰਮ ਹੋਇਆ ਹੋਊਗਾ, ਇਹ ਨਵਾਂ ਹੀ ਕੰਮ ਹੋਇਆ। ਔਰ ਜਿਹੜੇ ਬੰਦੇ ਕਰਾਉਣ ਵਾਲੇ ਆ ਉਹਨਾਂ ਨੂੰ ਸ਼ਰਮ ਚਾਹੀਦੀ ਆ, ਉਸ ਬੰਦੇ ਦੀ ਜ਼ਿੰਦਗੀ ਖਰਾਬ ਹੋ ਗਈ, ਉਹਦਾ ਗਰੀਬ ਬੰਦੇ ਆ, ਗਰੀਬ ਪਰਿਵਾਰ ਆ, 3-4 ਪਰਚੇ ਹੋ ਗਏ, ਕਿੱਥੋਂ ਜਮਾਨਤਾਂ ਕਰਾਉਣਗੇ, ਕਿੱਥੋਂ ਪੈਸੇ ਲਾਉਣਗੇ, ਉਹਨਾਂ ਦਾ ਟੱਬਰ ਤਾਂ ਉੱਜੜ ਗਿਆ ਨਾ। ਕਰਾਉਣ ਵਾਲਾ ਆਪਣੇ ਘਰ ਬੈਠਾ ਹੱਸਣ ਲੱਗਿਆ ਆ। ਕੀ ਕਹਿਣਾ ਚਾਹੋਗੇ, ਕੀ ਮੰਗ ਕੀ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ, ਉਹਨੂੰ ਬਠਵਾਲੇ ਨੂੰ ਲੱਭਿਆ ਜਾਵੇ, ਉਹਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਵੀ ਇੰਨੀ ਜੇ ਸਾਦੇ ਪਿੰਡ ਬਾਰੇ ਜਿਹੜਾ ਤੂੰ ਮਤਲਬ ਬੋਲ ਰਿਹਾ ਸੀ, ਬੇਖੌਫ ਹੋ ਕੇ ਬੋਲ ਰਿਹਾ ਸੀ, ਤੈਨੂੰ ਕੀ ਸਪੋਰਟ ਸੀ, ਮਗਰ ਕਿੱਥੋਂ ਖਰਚ 20-20 ਹਜ਼ਾਰ ਦੇ ਮੋਬਾਈਲ ਸੀਗੇ, ਮੋਟਰਸਾਈਕਲ ਸੀ, ਵਿਹਲਾ ਬੰਦਾ ਉਹ ਕੰਮ ਨਹੀਂ ਸੀ ਕਰਦਾ ਕੋਈ, ਉੱਤੋਂ ਜਾਣੀ ਕਿ ਸਾਡੇ ਵੀ ਅਜੇ ਤਸੱਲੀ ਨਹੀਂ ਹੋ ਰਹੀ ਸਾਡੇ ਵੀ ਮਨ ਨੂੰ, ਕਿਤੇ ਨਾ ਕਿਤੇ ਇਹ ਡਰ ਵਾ ਇਹ ਬੰਦਾ ਦੁਬਾਰਾ ਫਿਰ ਗਲਤ ਕਰੂੰਗਾ, ਔਰ ਇਹਨੇ ਕਰਨੀ ਵੀ ਹੈਗੀ ਆ, ਜਦੋਂ ਤੱਕ ਇਹਦੇ ਜਿਹੜੇ ਪਿਛਲੇ ਬੰਦੇ ਆ ਜਦੋਂ ਤੱਕ ਉਹ ਸਾਹਮਣੇ ਨਹੀਂ ਆ ਜਾਂਦੇ, ਮਾਸਟਰ ਮਾਇੰਡ ਜਦ ਤੇ ਕਾਬੂ ਨਹੀਂ, ਜਦ ਤੇ ਮਾਸਟਰ ਮਾਇੰਡ ਜਿਹੜਾ ਬੰਦਾ ਉਹ ਕਾਬੂ ਨਹੀਂ ਆ ਜਾਂਦੇ। ਅਤੇ ਬਾਕੀ ਇਹ ਗੱਲ ਵੀ ਆ ਜੀ, ਅਸੀਂ ਤਾਂ ਚਲੋ ਹੋਰ ਵੀ ਪਿੰਡ 'ਚ ਨੌਜਵਾਨ ਜਿੰਨੇ ਵੀ ਹੈਗੇ ਚਲਾਉਂਦੇ ਅਸੀਂ ਕਹਿਣ ਵੀ ਅੱਬਲ ਤਾਂ ਫੇਸਬੁੱਕ ਬਣੀ ਤਾਂ ਵਧੀਆ ਕੰਮਾਂ ਨੂੰ ਸੀ, ਇਹਦਾ ਲੋਕ ਗਲਤ ਵਰਤੋਂ ਕਰ ਰਹੇ ਇਹਦਾ। ਮੇਰਾ ਨਾਂ ਸੁਰਿੰਦਰਪਾਲ ਹੈ ਜੀ, ਮੈਂ ਪਿੰਡ ਮੋਹਾਲ ਦਾ ਰਹਿਣੇ ਵਾਲਾ ਹਾਂ, ਮੇਰੀ ਇੱਥੇ ਕਲੀਨਿਕ 10-12 ਸਾਲ ਤੋਂ ਆ। ਡਾਕਟਰ ਸਾਹਿਬ, ਇਹ ਵੀ ਪਤਾ ਲੱਗਿਆ ਕਿ ਤੁਹਾਨੂੰ ਵੀ ਮਤਲਬ ਜਿਹੜੀਆਂ ਉਹ ਗਾਲਾਂ ਕੱਢੀਆਂ ਗਈਆਂ? ਹਾਂਜੀ, ਇਹ ਤਾਂ ਪਿੰਡ ਦੀ ਚਲੋ ਆਪਸੀ ਕੋਈ ਗੱਲਬਾਤ ਸੀ ਅਤੇ ਸ਼ਾਇਦ ਇੱਕ ਦੂਏ ਨੂੰ ਗਾਲਾਂ ਕੱਢਣ ਲੱਗ ਪਏ, ਕੋਈ ਜਿੱਤ ਹਾਰਦੀ ਸੀ ਜਾਂ ਕੋਈ ਹੋਰ ਸੀ, ਮੈਨੂੰ ਤਾਂ ਪੂਰੇ ਮਸਲੇ ਦਾ ਨਹੀਂ ਹੈਗਾ ਪਤਾ। ਮੈਨੂੰ ਜਿਹੜੀਆਂ ਗੱਡੀਆਂ, ਮੇਰੀ ਕਿਸੇ ਨਾਲ ਰੰਜਿਸ਼ ਵੀ ਨਹੀਂ ਹੈਗੀ, ਨਿੱਜੀ ਕਿਸੇ ਨਾਲ ਵੀ ਨਹੀਂ ਹੈਗੀ, ਮੇਰੀ ਆਪਣੇ ਪਿੰਡ 'ਚ ਵੀ ਨਹੀਂ ਹੈਗੀ, ਕਿਤੇ ਵੀ ਨਹੀਂ ਹੈਗੀ ਰੰਜਿਸ਼, ਜਾਂ ਮੈਨੂੰ ਲੱਗੇ ਵੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਹੋਵੇ ਵੀ ਉਹ ਮੈਨੂੰ ਤਾਂ ਕੱਢਦਾ। ਮੈਨੂੰ ਨਹੀਂ ਪਤਾ ਲੱਗਾ ਵੀ ਉਹਨੇ ਕਿਉਂ ਮੇਰਾ, ਮੇਰੀ ਘਰਦਿਆਂ ਨੂੰ, ਮੇਰੀ ਕੁੜੀ ਨੂੰ ਅਤੇ ਮੇਰੇ ਫੈਮਿਲੀ ਨੂੰ ਜਾਣੀ ਕੋਈ ਗਾਲਾਂ ਕੱਢੀਆਂ, ਅਤੇ ਉਹ ਅਸੀਂ ਦੱਸ ਵੀ ਸਕਦੇ ਵੀ ਇੰਨਾ ਗੰਦ ਬੋਲਿਆ ਗਿਆ। ਮੈਂ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦਾ ਹਾਂ ਵੀ ਜਿਹੜਾ ਵੀ ਜਾਏ ਮੁੰਡਾ ਆ ਜਾਂ ਇਹਦੇ ਨਾਲ ਕੋਈ ਹੋਰ ਵਾ, ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਪਤਾ ਲੱਗੇ ਵੀ ਜਿਹੜਾ ਇੱਦਾਂ ਦਾ ਇਹਨੀ ਕੰਮ ਕੀਤਾ ਕੋਈ ਹੋਰ ਨਾ ਕਰੇ। ਤੁਸੀਂ ਤਾਂ ਡਾਕਟਰ ਸਾਹਿਬ ਪਿੰਡ ਸੇਵਾ ਕਰਦੇ ਹੋ, ਸਾਰਿਆਂ ਦੇ ਘਰਾਂ 'ਚ ਜਾਂਦੇ ਹੋ, ਤੁਹਾਡਾ ਤਾਂ ਕਿਸੇ ਨਾਲ ਵੈਰ ਵਿਰੋਧ ਵੀ ਨਹੀਂ, ਚਲੋ ਇਹਨਾਂ ਤਾਂ ਮੰਨਿਆ ਕਿ ਇਹਨਾਂ ਦੀ ਪਾਰਟੀਬਾਜ਼ੀ ਹੋ ਸਕਦੀ ਹੈ, ਅਤੇ ਤੁਹਾਨੂੰ ਕਿਹੜੀ ਗੱਲ ਤੋਂ ਗਾਲਾਂ ਪਈਆਂ? ਮਿਹਨਤ ਜੀ, ਇਹੀ ਤਾਂ ਆਪ ਨਹੀਂ ਪਤਾ ਲੱਗਦਾ ਹੈਗਾ ਵੀ ਮੈਨੂੰ ਉਹਨੇ ਕਿਉਂ ਕਿਹਾ ਹੈਗਾ ਆ। ਇੱਦਾਂ ਜੀ, ਜਦੋਂ ਇਹ ਥੋੜ੍ਹਾ ਜਿਹਾ ਚੱਲਿਆ ਸੀਗਾ ਫੇਸਬੁੱਕ ਦਾ, ਅਤੇ ਉਦੋਂ ਜਦੋਂ ਇੱਥੇ ਇਕੱਠੇ ਹੁੰਦੇ ਸੀਗੇ, ਮੈਂ ਵੀ ਆ ਜਾਂਦਾ ਹੁੰਦਾ ਸੀਗਾ ਜਿੱਦਾਂ ਮੇਰੀ ਕੋਲ ਕਲੀਨਿਕ ਵਾ, ਅਤੇ ਜਦੋਂ ਆਪਾਂ ਗੱਲਬਾਤ ਸੁਣਦੇ ਸੀ, ਉਹਨਾਂ ਨੂੰ ਇਹ ਲੱਗਾ ਹੋਣਾ ਵੀ ਕਿਸੇ ਨੂੰ ਵੀ ਇੱਧਰ ਨਹੀਂ ਜਾਂਦਾ ਉੱਧਰ ਜਾਂਦਾ, ਜਾਂ ਪਾਰਟੀਬਾਜ਼ੀ ਰੱਖ ਲਓ ਵੀ ਮੈਂ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ, ਸਾਰੇ ਇੱਕੋ ਜਿਹੇ ਆ ਜੀ, ਮੈਂ ਤਾਂ ਕਿਸੇ ਪਾਰਟੀ ਨਾਲ ਵੀ ਨਹੀਂ ਕਹਿੰਦਾ ਵੀ ਉਹ ਪਾਰਟੀ ਦਾ ਉਹ ਪਾਰਟੀ ਦਾ ਸਪੋਰਟ ਕਰੋ ਜਾਂ ਕੁਛ ਵੀ। ਇਸ ਤਰ੍ਹਾਂ ਇੱਕ ਨਾ, ਮੈਂ ਪਿੰਡ ਗੁਜਰਪੁਰ ਕਲਾਂ ਆਇਆ, ਥਾਣਾ ਸਿਟੀ ਨਵਾਂ ਸ਼ਹਿਰ 'ਚ ਪੈਂਦਾ, ਉੱਥੋਂ ਦੇ ਸਾਬਕਾ ਸਰਪੰਚ ਆ ਜਸਵੀਰ ਸਿੰਘ, ਅਤੇ ਇੱਕ ਉਹਨਾਂ ਨੇ ਕੰਪਲੇਂਟ ਕਰੀ ਸੀ SSP ਸਾਹਿਬ ਨੂੰ ਕਿ ਵੀ ਉਹਨਾਂ ਦੇ ਪਿੰਡ ਦੇ ਕੋਈ ਅਨਨੋਨ ਬੰਦਾ ਹੈਗਾ, ਪਤਾ ਨਹੀਂ ਕੌਣ ਹੈ, ਮਤਲਬ ਉਹ ਬੜੇ ਭੱਦੀ ਸ਼ਬਦਾਲੀ ਵਾਲੇ ਯੂਸ ਕਰਕੇ ਉਹ ਕਮੈਂਟਸ ਜਿਹੜੇ ਫੇਸਬੁੱਕ 'ਤੇ ਪੋਸਟ ਕਰ ਰਿਹਾ। ਇਸ ਤਰ੍ਹਾਂ ਇੱਕ ਉਹਨਾਂ ਦੇ ਪਿੰਡ ਹੋਰ ਆ ਹਰਮੀਤ ਸਿੰਘ, ਉਹਨਾਂ ਨੇ ਵੀ ਕੰਪਲੇਂਟ ਇੱਕ ਕਰੀ ਸੀ ਕਿ ਵੀ ਸਾਡੇ ਵੀ ਨਾਂ ਲੈ ਕੇ ਪਰਿਵਾਰਕ ਮੈਂਬਰਾਂ ਨਾਂ ਲੈ ਕੇ ਕੋਈ ਨਾ ਭੱਦੀ ਸ਼ਬਦਾਵਲੀ ਯੂਜ਼ ਕਰਦੇ ਹੋਇਆ ਫੇਸਬੁੱਕ 'ਤੇ ਕਮੈਂਟਸ ਅਪਲੋਡ ਕਰ ਰਿਹਾ, ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ, ਪਤਾ ਕਰੋ ਕੌਣ ਹੈ। ਅਤੇ ਫਿਰ ਦੋਨੋਂ ਕੰਪਲੇਂਟਸ ਦੀ ਇਨਕੁਆਇਰੀ ਸਾਡੇ DSPD ਸਾਹਿਬ ਨੇ ਕਰੀ ਹੈ, ਅਤੇ ਉਹਨਾਂ ਨੇ ਹੋਰ ਟੈਕਨੀਕਲ ਜਿਹੜੀ ਯੂਨਿਟ ਸਾਡੀ ਹੈਗੀ ਉਹਦੀ ਸਪੋਰਟ ਨਾਲ ਲੈ ਕੇ ਇਹਦਾ ਫੇਸਬੁੱਕ ਤੋਂ ਡਾਟਾ ਹਾਸਲ ਕੀਤਾ, ਤਾਂ ਪਤਾ ਕੀਤਾ ਕਿ ਵੀ ਇਹ ਕੋਈ ਉਹਨਾਂ ਦੇ ਪਿੰਡ ਦਾ ਹੀ ਆ, ਸਾਗਰ ਨਾਂ ਦਾ ਮੁੰਡਾ, ਬਈ ਜਦੋਂ ਆਪਣਾ ਮੋਬਾਈਲ ਫੋਨ 'ਤੇ ਯੂਜ਼ ਕਰਕੇ ਹੋਏ ਫੇਸਬੁੱਕ 'ਤੇ ਇਹੋ ਜਿਹੇ ਕਮੈਂਟਸ ਜਿਹੜੇ ਅਪਲੋਡ ਕਰ ਰਿਹਾ, ਅਤੇ ਜਿਸ ਦੀ ਇਨਕੁਆਇਰੀ ਕੰਪਲੀਟ ਹੋਣ 'ਤੇ ਇਹ ਉਹਦੇ ਅਗੇਂਸਟ ਜਿਹੜੇ FIR ਲੌਜ ਹੋ ਗਏ ਆ, 506, 509 IPC ਅਤੇ 66 ਅਤੇ 67 ਜਿਹੜਾ
कारण सिर्फ ये कि वोटों के हार गए और हारन तो बाद पिंड वाले मानसिक परेशानी इन्नी दी कि जिहड़ा तुसीं देख रहे हो कि सारे पिंड वाले ने जिहड़ी विथिया जिहड़ी अपनी बयान की, पर जो सूढ़ी सोच वाले जो इदां दी छोटी छोटी सोच वाले जिहड़े बंदे पिंड दे विच विचरदे आ धीआं भैणां नूं गालां कढ़दे आ तां उहदा की प्रभाव पैंदा आ इह तुसीं आप जाणदे हो। अज्ज घरों बेघर आ, मुकदमा दर्ज हो गया और नतीजा की आ, इस चीज़ का नतीजा की मिलिया कि जो जिदा की तुसीं करदे आ उदां दे तुसीं भरन नूं तैयार रहो। यह ना सोचो कि अज दूसरे ते जिहड़े चिक्कड़ जिहड़ा छट सट रहे हैं तो साडी वारी नहीं आउणी। इह कहिंदे बई रुग भर के दूजियां दे कालजे अपनी वारी चलाया ना कर। जदों असीं दूजियां नूं दर्द दिंदे आ तां अपना आप नूं भी दर्द सहण लई जिहड़ा सानूं तैयार करना पवेगा। डेली पोस्ट पंजाबी तुसीं देख रहे हो, कैमरामैन महेश साजन दे नाल, पिंड गुजरपुर कलां तों मैं लाल कमल, नवां शहर, डेली पोस्ट पंजाबी लई। सति श्री अकाल सारिआं नूं। पिरामिड कॉलेज राही तुसी भारत विच रहिंदे होए भी एक कनेडियन क्वालिफिकेशन हासिल कर सकते हो और वह भी बिल्कुल मुफ्त। BCA और BBA दे विच तुसी वैब एप्लीकेशन डिवेलपमेंट, फाइनेंस एंड अकाउंटिंग स्पैशलाइजेशन वर्गे मुफ्त प्रोग्राम करके उत्थों दी एक सर्टिफिकेशन हासिल कर सकते हो। कॉल करो पिरामिड कॉलेज नूं और अज ही जानो इस फ्री क्वालिफिकेशन बारे।